हर कंबाइन वाला भरा हर फोरमैन बई तो हर जिहड़ा बंदा ड्राइवर जाऊ नाल जांदे आ आपदी जेब च नंबर नोट करके बाई दा रख लियो फोन च भी रख लियो ते एक फोन तो बाहर भी रख लियो किसी तरह दा कोई कई वारी बिघन पै जाए तो बाई एन मौके ते जाके भी हेल्प कर दिंदे आ अपना बजट बहुत घट रहिंदा हां मशीन नूं असीं बिल्कुल नवीं कोई पहचान नहीं कर सकदा भी नवीं तैयार है जां पुरानी है ਵਿੱਚ 2000 ਮਾਡਲ ਮਸ਼ੀਨਾਂ ਨੇ ਜਿਹੜੀਆਂ ਉਹ ਐਂ ਲੱਗਦੀਆਂ ਨੇ ਜਿਵੇਂ ਕੋਈ 15 ਮਾਡਲ ਕੋਈ 16 ਮਾਡਲ ਇਹ ਨੂੰ ਸਪੋਰਟ ਹੈ ਜਿਹੜੀ ਇਹ ਸਿਰਫ ਆਪਾਂ ਤਿਆਰ ਕਰ ਰਹੇ ਹਾਂ ਕਿਸੇ ਨੇ ਕਰੀ ਨਹੀਂ ਹੈ ਜੀ ਅੱਛਾ ਕਾਰਡ ਥੋੜੀ ਆ ਹਾਂਜੀ ਹਾਂਜੀ ਠੀਕ ਆ ਵੀ ਗੱਲ ਇਹ ਮਤਲਬ ਜਿਹੜਾ ਕੰਮ 7-8 ਲੱਖ ਚ ਉਹਨੋਂ 50,000 ਚ 50,000 ਜਿੰਨੇ ਰੁਪਏ ਮੰਗਦੇ ਆ ਲੋਕ ਉਦੋਂ 1 ਰੁਪਿਆ ਵੀ ਘੱਟ ਨਹੀਂ ਕਰਦੇ ਵੱਧ ਭਾਵੇਂ ਦੇ ਜਾਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਕੰਮ ਦੀ ਜਾਣਕਾਰੀ ਲੈ ਕੇ ਆਏ ਹਾਂ ਅਕਸਰ ਕਹਿ ਦਿੰਦੇ ਸੀ ਵੀ ਕੰਬਾਈਨਾਂ ਵਾਲਿਆਂ ਦੀ ਗੱਲਬਾਤ ਤੁਸੀਂ ਨਹੀਂ ਕਰਦੇ ਤਾਂ ਅੱਜ ਮੈਂ ਕੰਬਾਈਨਾਂ ਵਾਲਿਆਂ ਕੋਲ ਆ ਗਿਆ ਗੱਲ ਇਹ ਆ ਕਿ ਇੱਥੇ ਭਾਵੇਂ ਜਮ੍ਹਾਂ ਹੀ ਨਕਾਰਾ ਹੋਈ ਕੰਬਾਈਨ ਆ ਜੇ ਅਤੇ ਉਹਨੂੰ ਜਮ੍ਹਾਂ ਨਵੀਂ ਬਣਾ ਕੇ ਤੋਰ ਦਿੰਦੇ ਆ ਇਸ ਵਕਤ ਮੈਂ ਨਾਭੇ ਦੇ ਵਿੱਚ ਹਾਂ ਦਲਵੀਰ ਮਕੈਨੀਕਲ ਵਰਕਸ ਅਤੇ ਮੈਂ ਦੱਸਦਿਆਂ ਵੀ ਮਲੇਰਕੋਟਲੇ ਤੋਂ ਜਦੋਂ ਆਉਂਦੇ ਹਾਂ ਨਾਭੇ ਨੂੰ ਤਾਂ ਨਾਭੇ 'ਚ ਵੜਨ ਤੋਂ ਪਹਿਲਾਂ ਹੀ ਬਾਹਰ ਬਾਹਰ ਵਰਕਸ਼ਾਪ ਆ ਅਤੇ ਬਹੁਤ ਚੰਗਾ ਕੰਮ ਆ ਮਤਲਬ ਦੂਰੋਂ ਦੂਰੋਂ ਰਾਜਸਥਾਨ ਯੂਪੀ ਬਿਹਾਰ ਤੱਕ ਦੀਆਂ ਕੰਬਾਈਨਾਂ ਇੱਥੇ ਆਉਂਦੀਆਂ ਵਾ ਜਿਵੇਂ ਆਹ ਐਕਸੀਡੈਂਟ ਹੋਈ ਕੰਬਾਈਨ ਆਈ ਆ ਅਤੇ ਇਹਨੂੰ ਜਮ੍ਹਾਂ ਮੋਡੀਫਾਈ ਕਰਕੇ ਨਵੀਂ ਬਣਾ ਕੇ ਭੇਜ ਦੇਣਾ ਮੈਂ ਦੂਜੀ ਵੱਡੀ ਗੱਲ ਇੱਕ ਹੋਰ ਦੱਸਦਿਆਂ ਵੀ ਇਹਨਾਂ ਦੀ ਖਾਸੀਅਤ ਕੀ ਆ ਇਹ ਸਕੋਹਾਂ ਵਾਲੇ ਵੱਜਦੇ ਆ ਮੈਂ ਦੱਸਦੇ ਖਾਸੀਅਤ ਇਹ ਆ ਕਿ ਜਿੰਨੇ ਰੁਪਈਏ ਮੰਗਦੇ ਆ ਲੋਕ ਉਦੋਂ 1 ਰੁਪਈਆ ਵੀ ਘੱਟ ਨਹੀਂ ਕਰਦੇ ਵੱਧ ਭਾਵੇਂ ਦੇ ਜਾਣ ਮਤਲਬ ਇੰਨਾ ਰੇਟ ਘੱਟ ਕਿਸਮ ਦੇ ਵਿੱਚ ਜਿਹੜੇ ਮਰਜ਼ੀ ਕੰਪਨੀ ਦੀ ਵੀ ਕੰਬਾਈਨ ਹੋਵੇ ਉਹਨੂੰ ਤਿਆਰ ਕਰ ਦਿੰਦੇ ਆ ਅਤੇ ਮੁਲਾਕਾਤ ਕਰਾਉਣੀ ਆ ਤੁਹਾਡੀ ਬਾਈ ਸੁਖਵੀਰ ਨਾਲ ਆਹ ਮਾੜੀ ਝਾਦੀ ਪਵਾ ਦਿਆ ਵੀ ਕੰਬਾਈਨ ਜਿਹੜੇ ਮਰਜ਼ੀ ਮਾਡਲ ਦੀ ਹੋਵੇ ਪੁਰਾਣੀ ਹੋਵੇ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਸਾਰੀਆਂ ਨੂੰ ਹੀ ਰਿਪੇਅਰ ਕਰ ਦਿੰਦੇ ਆ ਅਤੇ ਵੱਡੀ ਕੰਮ ਦੀ ਜਾਣਕਾਰੀ ਆ ਅਤੇ ਸ਼ੇਅਰ ਕਰ ਦਿਓ ਕਿਉਂਕਿ ਜਿਹੜੀਆਂ ਕੰਬਾਈਨਾਂ ਦਾ ਕੰਮ ਹੁੰਦਾ ਨਾ ਬਹੁਤ ਮਹਿੰਗਾ ਹੁੰਦਾ ਵਾ ਅਤੇ ਬਹੁਤ ਔਖਾ ਹੁੰਦਾ ਅਤੇ ਮੈਂ ਕਹਿੰਦਾ ਸਾਰਾ ਸਾਲ ਦੇ ਵਿੱਚ 2 ਮਹੀਨੇ ਚੱਲਦਾ ਅਤੇ ਬਹੁਤ ਮਿਹਨਤ ਵਾਲਾ ਕੰਮ ਆ ਕਈ ਵਾਰੀ ਕੰਬਾਈਨਾਂ ਨੁਕਸਾਨੀਆਂ ਵੀ ਜਾਂਦੀਆਂ ਐਕਸੀਡੈਂਟ ਵੀ ਹੋ ਜਾਂਦੇ ਆ ਹਰ ਕੰਬਾਈਨ ਨੂੰ ਮੋਡੀਫਾਈ ਕਰ ਦਿੰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਕੀ ਹਾਲ ਆ ਵਧੀਆ ਜੀ ਤੇ ਸਾਡੇ ਨਾਲ ਬਾਈ ਸੁਖਵੀਰ ਆ ਇਸ ਵਕਤ ਬਾਈ ਜੀ ਧੰਨਵਾਦ ਪਹਿਲਾਂ ਤਾਂ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਹਾਂਜੀ ਹਾਂਜੀ ਵੀਰੇ ਗੱਲ ਇਹ ਆ ਵੀ ਤੁਹਾਡਾ ਨਾਂ ਚੱਲਦਾ ਬਾਲਾ ਵੀ ਸਕੋਹਾਂ ਵਾਲੇ ਹਾਂਜੀ ਹਾਂਜੀ ਹੈ ਦੁਕਾਨ ਆਪਣੀ ਨਾਭੇ 'ਚ ਆ ਗਈ ਹਾਂਜੀ ਤੇ ਸਕੋਹਾਂ ਵਾਲੇ ਕਾਹਤੋਂ ਕਹਿੰਦੇ ਆ ਪਿੰਡ ਤੁਹਾਡਾ ਸਕੋਹਾਂ ਜੀ ਅੱਛਾ ਤਾਂ ਕਰਕੇ ਪਿੰਡ ਦੇ ਵਿੱਚ ਰਹਿੰਦੇ ਆ ਜੀ ਅੱਛਾ ਹਾਂਜੀ ਹਾਂ ਤਾਂ ਕਰਕੇ ਇੱਕ ਬਾਈ ਜੀ ਤੁਹਾਡਾ ਨਾਂ ਬਾਲਾ ਚੱਲਦਾ ਵੀ ਕੰਬਾਈਨ ਕਿਤੇ ਵੀ ਹੋਵੇ ਕਬਾੜ ਦੇ ਵਿੱਚ ਖੜੀ ਕਈ ਵਾਰੀ ਤਾਂ ਬੰਦੇ ਹੁੰਦੇ ਵੀ ਕਹਿੰਦੇ ਕਬਾੜ 'ਚ ਵੇਚਣ ਨੂੰ ਤਿਆਰ ਹੁੰਦੇ ਆ ਕਬਾੜ ਦੇ ਭਾਅ ਹਾਂਜੀ ਹਾਂਜੀ ਤੇ ਉਹ ਫਿਰ ਕਈ ਵਾਰੀ ਤੁਹਾਡੇ ਉਹ ਦਰ ਤੇ ਲੈ ਆਉਣ ਤਾਂ ਫਿਰ ਉਦੋਂ ਬਾਅਦ ਕਹਿੰਦੇ ਮੁੱਲ ਵੱਧ ਜਾਂਦਾ ਉਹਦਾ ਇਹ ਕੀ ਕਾਰਨ ਆ ਬਾਈ ਫਿਰ ਆਏ ਜੀ ਨਵੀਂ ਦਾ ਰੇਟ ਬਹੁਤ ਜ਼ਿਆਦਾ ਆ ਹਾਂ ਨਵੀਂ ਦਾ ਰੇਟ ਬਹੁਤ ਜ਼ਿਆਦਾ ਆ ਉਹਦੇ ਕਰਕੇ ਆਪਣਾ ਬਜਟ ਬਹੁਤ ਘੱਟ ਰਹਿੰਦਾ ਹਾਂ ਮਸ਼ੀਨ ਨੂੰ ਅਸੀਂ ਬਿਲਕੁਲ ਨਵੀਂ ਕੋਈ ਪਹਿਚਾਣ ਨਹੀਂ ਕਰ ਸਕਦਾ ਵੀ ਨਵੀਂ ਤਿਆਰ ਹੈ ਜਾਂ ਪੁਰਾਣੀ ਆ ਵਿੱਚ 2000 ਮਾਡਲ ਮਸ਼ੀਨਾਂ ਨੇ ਜਿਹੜੀਆਂ ਉਹ ਐਂ ਲੱਗਦੀਆਂ ਨੇ ਜਿਵੇਂ ਕੋਈ 15 ਮਾਡਲ ਕੋਈ 16 ਮਾਡਲ ਇਸ ਤਰ੍ਹਾਂ ਲੱਗ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਜੀ ਮੋਡੀਫਿਕੇਸ਼ਨ ਦੀ ਗੱਲ ਆਉਂਦੀ ਹੈ ਜਾਂ ਨਵੀਂ ਤਿਆਰ ਕਰਨ ਦੀ ਕੁਝ ਨਾ ਪੁਰਾਣੀਆਂ ਤਕਨੀਕਾਂ ਹੁੰਦੀਆਂ ਹਾਂਜੀ ਹਾਂਜੀ ਕੀ ਉਸੇ ਕੰਬਾਈਨ ਚੋਂ ਚੇਂਜ ਕਰਕੇ ਕੋਈ ਨਵੀਆਂ ਤਕਨੀਕਾਂ ਫਿੱਟ ਕੀਤੀਆਂ ਜਾ ਸਕਦੀਆਂ ਨਵੇਂ ਫੰਕਸ਼ਨ ਜਿਹੜੇ ਨਵੀਆਂ ਚਾਹੁੰਦੇ ਬਿਲਕੁਲ ਨਵੇਂ ਮਾਡਲ ਤਿਆਰ ਕਰਦੇ ਆ ਜਿਵੇਂ ਆ ਪ੍ਰੀਤ ਮਸ਼ੀਨ ਖੜੀ ਹੈ ਜੀ ਆ ਪ੍ਰੀਤ ਵਾਲਾਂ ਦੀ ਖੜੀ ਆ ਹਾਂਜੀ ਇਹਦੇ ਵਿੱਚ ਜਿਹੜੇ ਝਾਰਨੇ ਵਗੈਰਾ ਛੋਟੇ ਸੀ ਹੁਣ ਇਹਨੂੰ ਨਵੇਂ ਮਾਡਲ 'ਚ ਵੱਡੇ ਝਾਰਨੇ ਪੈਂਦੇ ਕਰਨੇ ਨੇ ਜੀ ਟੋਟਲ ਸਮਾਨ ਸਾਰਾ ਇਹਦਾ ਨਵੇਂ ਮਾਡਲ 'ਚ ਤਿਆਰ ਕਰਨਾ ਸਾਰਾ ਕੁਝ ਨਵਾਂ ਨਵਾਂ ਜੀ ਮਤਲਬ ਜੇ ਕੋਈ ਮੰਨ ਲਾ ਵੀ ਜਮਾਂ ਹੀ ਡੈੱਡ ਹੋਈ ਕੰਬਾਈਨ ਆਉਂਦੀ ਆ ਹਾਂਜੀ ਹਾਂਜੀ ਰੰਗ ਵੀ ਤੁਸੀਂ ਕਰਾ ਦਿੰਦੇ ਹੋ ਹਾਂਜੀ ਹਾਂਜੀ ਸਾਰੀ ਰਿਪੇਅਰ ਕਰਾ ਦਿੰਦੇ ਹੋ ਸਾਰਾ ਇੰਜਨ ਜੋ ਮਰਜ਼ੀ ਜੋ ਵੀ ਕੰਮ ਆ ਸਾਰਾ ਆਪਣੇ ਉਰੀ ਹੁੰਦਾ ਜੀ ਲਾਈਟਿੰਗ ਲੂਟਿੰਗ ਵਾਇਰਿੰਗ ਤਾਰਾਂ ਪੂਰਾ ਸਭ ਕੋਈ ਆਈਟਮ ਬਾਹਰੋਂ ਨਹੀਂ ਤਿਆਰ ਹੋ ਕੇ ਆਉਂਦੀ ਸਾਰਾ ਕੋਈ ਇੱਥੇ ਹਾਂਜੀ ਹਾਂ ਖਰਾਦ ਦਾ ਕੰਮ ਹੈ ਜੋ ਵੀ ਟੋਟਲ ਕੰਮ ਉਰੇ ਹੁੰਦਾ ਇੱਕ ਬਾਈ ਕਿੰਨਾ ਚਿਰ ਹੋਗਾ ਤੁਹਾਨੂੰ ਬਾਈ ਕਦੇ ਇਹ ਕੰਮ ਦੇ ਵਿੱਚ ਵਰਕ ਸਾਹਿਬ ਨੂੰ ਤਾਂ ਜੀ ਸਾਡੀ ਨੂੰ ਬਹੁਤ ਟਾਈਮ ਮਨਾ 80-85 ਦੇੜ ਗੇੜ ਦੀ ਵਰਕ ਸਾਹਿਬ ਹੈ ਅੱਛਾ ਲੰਮਾ ਚਿਰ ਹੋ ਗਿਆ ਬਾਈ ਹਨ ਤੇ ਤੁਹਾਨੂੰ ਆਪ ਨੂੰ ਬਾਈ ਨੂੰ ਕੰਮ ਕਰਦੇ ਨੂੰ ਜੀ 25 ਸਾਲ ਦੇ ਕਰੀਬ ਹੋ ਗਏ 25 ਸਾਲ ਤੇ ਮੈਂ ਕਹਿੰਦਾ ਬਾਈ ਉਮਰ ਵੀ ਆ ਕੋਈ ਜ਼ਿਆਦਾ ਨਹੀਂ ਤੁਹਾਡੀ ਉਸ ਹਿਸਾਬ ਤੇ ਨਾ ਉਮਰ ਹੈਗੀ ਜੀ ਮੇਰੀ 35 ਸਾਲ ਦੀ ਉਮਰ ਹੈ ਤੇ ਮੈਂ ਕਹਿੰਦਾ ਵੀ 10 ਕੁ ਸਾਲਾਂ ਦੇ ਮਹਾਂ ਲੱਗ ਗਏ ਹੋਵੋਗੇ ਕਿ ਨਹੀਂ ਹਾਂ ਕੰਮ 10 ਸਾਲਾਂ ਦੇ ਹਾਂ ਵੀ ਜਿਵੇਂ ਸਕੂਲ ਤੋਂ ਛੁੱਟੀਆਂ ਹੋਣੀਆਂ ਤਾਂ ਕੰਮ ਹੈ ਸਿੱਖਣਾ ਹਾਂ ਹਾਂ ਬਾਈ ਇੱਥੇ ਦਰਸ਼ਕਾਂ ਨੂੰ ਮੈਂ ਗੱਲ ਦੱਸਦੇ ਆ ਇਹ ਕੰਮ ਕਰਦੇ ਆ ਹੋਰ ਵੀ ਕਰਦੇ ਹੋਣਗੇ ਪਰ ਇਹ ਹਿੰਮਤੀ ਬੰਦੇ ਤੇ ਹੱਥ ਦੀ ਸਫਾਈ ਵਾਲੇ ਬੰਦੇ ਆ ਹਨਾ ਵੱਡਾ ਕੌਣ ਆ ਇੱਕ ਤੁਸੀਂ ਦੱਸਦੇ ਸੀ ਜਿਵੇਂ ਕੋਟਿਓ ਕੰਪਾਈਨ ਚੱਕ ਕੇ ਲੈ ਕੇ ਆਏ ਹਾਂਜੀ ਹਾਂਜੀ ਹਨਾ ਉਹ ਕੀ ਸੀ ਚੱਕਰ ਬਣਿਆ ਉਹ ਕੋਟੇ ਜੀ ਕੰਬਾਈਨ ਐਕਸੀਡੈਂਟ ਹੋ ਗਈ ਜੀ ਉਧਰਲੇ ਬੰਦਿਆਂ ਦੀ ਤੇ ਆਪਣਾ ਸੌਦਾ ਹੋ ਗਿਆ ਜੀ ਉਹਦਾ 5,10,000 ਦਾ ਆਪਾਂ ਨੇ ਉਹ ਮਸ਼ੀਨ ਉੱਥੋਂ ਲੈ ਕੇ ਆਏ ਤੇ ਉਰੇ ਲਿਆਉਣ ਤੇ ਆਪਾਂ ਨੂੰ ਵੀ 6-6.5 ਚ ਪੈ ਗਈ ਵਿੱਚ ਗੱਡੀ ਵਗੈਰਾ ਖਰਚਾ ਪਾ ਕੇ ਖਰਚਾ ਬਹੁਤ ਪੈ ਜਾਂਦਾ ਹਾਂਜੀ ਹਾਂ ਹਾਂ ਵੀ 1.5 ਲੱਖ ਰੁਪਈਆ ਆਪਣਾ ਇਹਦੇ ਤੇ ਲੱਗਿਆ ਸੀ ਉਦੋਂ ਬਾਅਦ ਆਪਾਂ ਨੇ 2-3 ਸੀਜ਼ਨ ਚਲਾਈ ਜੀ ਉਹ ਹਾਂ
ਤੇ ਉਦੋਂ ਬਾਅਦ 10,60,000 ਦੀ ਹੋ ਗਈ। ਮਤਲਬ ਇੰਨੀ ਸਾਫ਼ ਬਣ ਗਈ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੀ ਉਹ ਐਕਸੀਡੈਂਟ ਦੀ ਜਾਂ ਕੁਛ ਵੀ, ਇਕੱਲਾ ਇਕੱਲਾ ਪਾਰਟ ਅਲੱਗ ਕਰਕੇ ਉਹਨੂੰ ਆਪਾਂ ਨੇ ਸਹੀ ਕਰਕੇ ਲਾਇਆ। ਠੀਕ ਆ। ਹਾਂਜੀ। ਇੱਕ ਭਰਾ ਦੱਸਦੇ ਸੀ ਵੀ ਜਿੰਨੇ ਵੀ ਆਪਣੇ ਆਹ ਭਰਾ ਨੇ ਹਨਾ ਨਾਲ ਕੰਮ ਕਰਦੇ ਆ, ਹਾਂਜੀ ਹਾਂਜੀ, ਇਹ ਸਾਰੇ ਪੁਰਾਣੇ ਹੀ ਆ ਬੰਦੇ? ਪੁਰਾਣੇ ਨੇ ਜੀ। ਹਾਂ, ਇਹ ਇਹਦਾ ਫਰਕ ਬਹੁਤ ਪੈਂਦਾ। ਸਾਡੇ ਫੋਰਮੈਨ ਨੇ ਜੀ, ਗੋਪੀ ਵੀਰੇ ਦਿਖਾ ਮਿਲਾ ਦੇ, ਫੋਰਮੈਨ ਵੀਰੇ ਕੀ ਹਾਲ ਆ? ਤੇ ਇਹ ਫੋਰਮੈਨ, ਦੋਨੋਂ ਫੋਰਮੈਨ ਸਾਡੇ ਮੇਰੇ ਤੋਂ ਪਹਿਲਾਂ ਦੇ ਕੰਮ ਕਰਦੇ ਨੇ। ਨਾ ਕੀ ਬਾਈ ਜੀ ਉਹਨਾਂ ਦੇ? ਹਰਪਾਲ ਸਿੰਘ ਕੁੱਕੂ ਜੀ। ਹਰਪਾਲ ਸਿੰਘ ਕੁੱਕੂ ਜੀ, ਕੁੱਕੂ ਬਾਈ ਜੀ ਦੇ ਨਾਂ? ਗੁਰਚਰਨ ਸਿੰਘ। ਗੁਰਚਰਨ ਸਿੰਘ ਫੋਰਮੈਨ ਸਾਹਿਬ ਨੇ? ਹਾਂਜੀ ਹਾਂਜੀ। ਠੀਕ ਆ। ਤਾਂ ਅੱਛਾ, ਇਹ ਨਾਲ ਹੀ ਪੁਰਾਣੇ ਹੀ ਆ ਜੁੜੇ? ਪੁਰਾਣੇ ਨੇ ਜੀ, ਤਾਂ ਮੇਰੇ ਤੋਂ ਪਹਿਲਾਂ ਦੇ ਕੰਮ ਕਰਦੇ ਨੇ ਜੀ। ਠੀਕ ਆ। ਮਤਲਬ ਇਹਨਾਂ ਦੇ ਦਾਰੂ ਮਦਾਰ ਇਹਨਾਂ ਦਾ ਵੀ ਵੱਡਾ ਜੋਗ ਦਾ। ਇੱਕ ਨਾ ਹੁੰਦਾ ਕਈ ਵਾਰੀ ਬੰਦਾ ਨਵੇਂ ਭਰਤੀ ਕਰ ਲੈਂਦਾ, ਫਿਰ ਉਹਨਾਂ ਨੂੰ ਵੀ ਸਕਿੱਲ ਨਹੀਂ ਬਣਦੀ ਹੈ ਜੀ। ਇਹ ਮਸ਼ੀਨ ਦੀ ਕੋਈ ਲੇਬਰ ਨਹੀਂ ਜੀ, ਇਹ ਸਾਡੇ ਯਾਨੀ ਕਿ ਇਹਨਾਂ ਨੇ ਮਸ਼ੀਨ ਪੱਟਣੀ ਆ, ਇਹਨਾਂ ਨੇ ਫਿੱਟ ਕਰਨੀ ਆ। ਹਾਂ, ਆਪ ਹੀ? ਹਾਂਜੀ ਹਾਂਜੀ, ਆਪ ਹੀ ਕਰਨਾ ਜੀ ਸਭ ਕੁਝ। ਸਹੀ ਆ, ਸਹੀ ਆ ਗੱਲ ਬਾਈ, ਆਹ ਵੱਡੀ ਗੱਲ ਆ। ਤੇ ਮੰਨ ਲਓ ਹੁਣ ਕਈ ਵਾਰੀ ਨਾ ਪੰਜਾਬ 'ਚ ਹੀ ਮੰਨ ਲਓ ਜਾਂ ਲੋਕਲ ਆ, ਤੁਸੀਂ ਕਿੱਥੋਂ ਕਿੱਥੋਂ ਦੀਆਂ ਤੁਹਾਡੇ ਕੋਲ ਕੰਬਾਈਨਾਂ ਆਉਂਦੀਆਂ? ਮਸ਼ੀਨਾਂ ਜੀ ਆਪਾਂ ਤੋਂ ਯੂਪੀ ਐਮਪੀ ਪੰਜਾਬ ਦਾ ਤਾਂ ਕੋਈ ਕੋਨਾ ਹੈ ਹੀ ਨਹੀਂ ਜੀ ਇਹੋ ਜਿਹਾ ਜਿੱਥੋਂ ਨਾ ਮਸ਼ੀਨ ਆਉਂਦੀ ਹੋਵੇ ਆਪਣੇ ਸਕੂਹ ਵਾਲਿਆਂ ਕੋਲੇ ਆਉਣ ਨਾ ਜਿੱਥੇ। ਇੱਕ ਬਾਈ ਜਿਵੇਂ ਕਈ ਵਾਰੀ ਹੁੰਦਾ ਵੀ ਸੀਜ਼ਨ ਲੱਗਿਆ ਵਾ, ਐਨ ਮੌਕੇ ਤੇ ਐਸਾ ਵਿਘਨ ਪੈਂਦਾ ਵੀ ਲੈ ਵੀ ਯਾਰ ਬੰਦਾ ਡੋਲ ਜਾਂਦਾ ਯਾਰ ਆਹ ਕਿਹੜੇ ਵਕਤ 'ਚ ਖਰਾਬ ਹੋ ਗਈ ਮਸ਼ੀਨ, ਤਾਂ ਉਹ ਫਿਰ ਕਿੰਨੇ ਚਿਰ 'ਚ ਹੈਂਡਲ ਕਰ ਦਿੰਦੇ ਹੋ, ਠੀਕ ਕਰ ਦਿੰਦੇ ਹੋ? ਮਸ਼ੀਨ ਧੂਰੀ ਲਵੇ ਦੀ ਐਕਸੀਡੈਂਟ ਹੋ ਗਈ ਜੀ ਯੂਪੀ ਜਾਂਦੀ। ਹਾਂ, ਉੱਥੋਂ ਹੀ ਵਾਪਸ ਲੈ ਕੇ ਆਏ ਆ। ਆਪਾਂ ਨੇ 3 ਦਿਨ ਦਾ ਟਾਈਮ ਲਿੱਤਾ ਸੀ ਉਹਨਾਂ ਤੋਂ, ਕੰਮ ਬਹੁਤ ਜ਼ਿਆਦਾ ਸੀ, ਪਰ ਆਪਾਂ ਨੇ 2.5 ਦਿਨਾਂ ਦੇ ਵਿੱਚ ਮਸ਼ੀਨ ਉਹਨਾਂ ਨੂੰ ਦੇਤੀ ਕੰਮ ਕਰਕੇ ਰੰਗ ਕਰਕੇ, ਕਿਉਂਕਿ ਉਦੋਂ ਬੰਦੇ ਦਾ ਨਾ ਮਸਾਂ ਡੀਕਿਆ ਹੁੰਦਾ ਸੀਜ਼ਨ ਯਾਰ, 6 ਮਹੀਨੇ ਡੀਕ ਕਰਕੇ ਜ਼ਿਆਦਾ ਕੋਈ ਉਹਦਾ ਕਹਿੰਦਾ ਇੱਜ਼ਤ ਵਾਲੀ ਗੱਲ ਆ। ਹਾਂ, ਫੇਰ ਨਹੀਂ ਜੀ ਕੋਈ ਟਾਈਮ, ਦਿਨ ਰਾਤ ਨਹੀਂ ਦੇਖਿਆ ਜੀ ਕਦੇ, ਦਿਨ ਰਾਤ ਨਹੀਂ ਦੇਖਿਆ। ਫਿਰ ਅਗਲੇ ਦਾ ਮੁੱਲ ਪੂਰਾ ਪਾਈਦਾ ਜੀ, ਪੈਸੇ ਵੀ ਜਾਇਜ਼ ਲੈਂਦੇ ਨੇ ਜੀ, ਆ ਤੇ ਕੰਮ ਵੀ ਪੂਰਾ ਕਰਕੇ ਨਹੀਂ। ਅਕਸਰ ਇੱਕ ਹੋਰ ਗੱਲ ਸੁਣਦੇ ਨਾ, ਕਈ ਵਾਰੀ ਉਧਰ ਦਾ ਮਸ਼ੀਨ ਖਰਾਬ ਹੋ ਜੇ, ਕਈ ਮਕੈਨਿਕ ਹੁੰਦੇ ਆ ਵੀ ਐਨ ਮੌਕੇ ਤੇ ਜਮਾ ਗਲ 'ਚ ਗੂਠਾ ਦੇ ਦਿੰਦੇ ਆ ਵੀ ਰੁਪਈਏ ਵੀ ਵੱਧ ਮੰਗ ਲੈਂਦੇ ਆ। ਹਾਂਜੀ, ਹਨਾ, ਉਹ ਬਹੁਤ ਯਾਰ ਦੁੱਖ ਵਾਲੀ ਗੱਲ ਹੁੰਦੀ ਜੀ। ਸਾਡੇ ਕੋਲ ਹੁਣ ਜਿਵੇਂ ਉਹ ਮਸ਼ੀਨ ਐਕਸੀਡੈਂਟ ਆਈ ਆ ਜੀ ਆਪਣੇ, ਹਾਂ ਪਰ ਚੱਲ ਕੇ ਦੇਖੀਏ ਮਾੜਾ ਜਿਹਾ ਤੁਹਾਨੂੰ ਜਿਵੇਂ ਆਹ ਕੰਬਾਈਨ ਦੱਸ ਦੇ ਜਿਵੇਂ ਇਹ ਮਸ਼ੀਨ ਆ ਜੀ, ਇਹ ਪਿਛਲੇ ਵਾਰੀ ਆਪਣੇ ਕੋਲ ਸੀਜ਼ਨ 'ਚ ਆਏ ਤੇ, ਕਹਿੰਦੇ ਵੀ ਸਾਨੂੰ ਇਹ ਤਿਆਰ ਕਰਕੇ ਦਿਓ ਵੀ ਸਾਡੀ ਮਸ਼ੀਨ ਐਕਸੀਡੈਂਟ ਆ। ਹਾਂ, ਚਲੋ ਮੈਂ ਮਸ਼ੀਨ ਮਖਾ ਵੀ ਜੇ ਤਾਂ ਮੈਂ ਦੇਖ ਕੇ ਇਹਨੂੰ ਵੀ ਜੇ ਤਾਂ ਇਹ ਹੋ ਗਈ ਤਿਆਰ ਹੋਣ ਵਾਲੀ ਹੋਈ ਤਾਂ ਹੱਥ ਪਾਵਾਂਗੇ ਨਹੀਂ ਪਾਉਂਦੇ। ਉਹ ਕਹਿੰਦੇ ਕਰਾਉਣੀ ਸੋ ਤੋਂ ਆ ਚਾਹੇ ਸੀਜ਼ਨ ਤੋਂ ਬਾਅਦ ਕਰਾ ਦੇ। ਅੱਛਾ, ਹਾਂ ਵੀ ਸਭ ਤੋਂ ਸੋਭੀ ਤੁਹਾਡੇ ਤੋਂ ਬਗੈਰ ਨਹੀਂ ਕਰਾਉਣੀ। ਚਲੋ ਮੈਂ ਮਸ਼ੀਨ ਦੇਖ ਕੇ, ਹਾਲਾਤ ਜ਼ਿਆਦਾ ਖਰਾਬ ਤੇ, ਹਾਂਜੀ ਆਪਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਇਸ ਟਾਈਮ ਇਹ ਹੋਣੀ ਨਹੀਂ। ਹਾਂ ਵੀ ਸਮਾਂ ਵੱਧ ਲੱਗੂਗਾ ਇਹਨੂੰ, ਉਦੋਂ ਸਮਾਂ ਵੱਧ ਲੱਗੂਗਾ ਜੀ। ਹਾਂ, ਤੇ ਉਦੋਂ ਬਾਅਦ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਸਾਨੂੰ ਸੀਜ਼ਨ ਤੋਂ ਬਾਅਦ ਤਿਆਰ ਕਰਕੇ ਦੇ ਦਿਓ। ਹੁਣ ਕਿੰਨੇ ਚਿਰ 'ਚ ਹੋਜੂ ਤਿਆਰ ਬਾਈ ਇਹ? ਹੁਣ ਇਹਨੂੰ ਜੀ 1.5 ਮਹੀਨੇ ਦੇ ਵਿੱਚ ਹੋ ਜੂ ਜੀ। 1.5 ਮਹੀਨੇ 'ਚ ਹੋ ਜੂ? ਹਾਂ ਜੀ ਹਾਂ, ਕਿਉਂਕਿ ਜਮਾਂ ਹੀ ਹੈ ਨਾ, ਖਤਮ ਨਹੀਂ ਆ, ਖਤਮ ਆ ਜੀ। ਹਾਂ, ਤੇ ਖਤਮ ਹੋ ਚੁੱਕੀ ਮਸ਼ੀਨ, 1.5 ਮਹੀਨਾ ਲੱਗ ਜੂ, ਚੱਲ ਕੇ ਨਹੀਂ ਆਈ ਹੈਗੀ ਜੀ। ਹਾਂ, ਇਹ ਤਾਂ ਆਪਣਾ ਟੋਚਨ ਕਰਕੇ ਆਈ ਹੈ ਜੀ, ਟੋਚਨ ਕਰਕੇ ਟਰੈਕਟਰ ਨਾਲ। ਤੇ ਮੰਨ ਲਓ ਕਿਤੇ ਨਾ ਕਿਤੇ ਮੰਨ ਲਓ ਵੀ ਖਰਾਬ ਹੁੰਦੀ ਹੈ ਕਿਸੇ ਦੀ ਚੀਜ਼, ਹਾਂਜੀ ਹਾਂਜੀ, ਉਹਨੂੰ ਟਰਾਂਸਪੋਰਟ ਦਾ ਬਹੁਤ ਚੱਕਰ ਪਹੁੰਚਦਾ ਵੀ ਹੁਣ ਮਿਸਤਰੀ ਨੂੰ ਇੱਥੇ ਸੱਦੀਏ ਜਾਂ ਆਪ ਲੈ ਕੇ ਜਾਈਏ, ਕੁਛ ਸਮਝਦੀ ਨਹੀਂ ਹੁੰਦੀ ਗੱਲ। ਇਹ ਵੀ ਐਂ ਜੀ, ਇਹਨਾਂ ਨੂੰ ਪਹਿਲਾਂ ਲਿਆਉਣ ਤੇ ਜਿੱਥੇ ਜਿਲ੍ਹਾ ਆਪਣਾ ਖੰਨੇ ਲਵੇ ਇਹ ਐਕਸੀਡੈਂਟ ਹੋਈ ਸੀ ਬੜੇ ਰੋਡ ਦੇ ਉੱਪਰ ਜੀ, ਲੁਧਿਆਣਾ ਰੋਡ ਤੇ ਜੀ, ਤੇ ਉੱਥੋਂ ਉਹਨਾਂ ਨੂੰ ਟੋ ਕਰਕੇ ਲੈ ਕੇ ਆਉਣ ਦਾ ਬਹੁਤ ਖਰਚਾ ਪੈ ਗਿਆ। ਇੱਕ ਬੰਦੇ ਬਹੁਤ ਜ਼ਿਆਦਾ ਡਰ ਗਏ, ਕਹਿਣ ਲੱਗੇ ਵੀ ਸਾਨੂੰ ਕਹਿਣ ਲੱਗੇ ਵੀ ਸੌਦਾ ਤਾਂ ਚਲੋ ਆਪਣਾ ਹੋ ਜਾਓ, ਹੋ ਗਿਆ ਹੋ ਗਿਆ, ਵੀ ਪਰ ਸਾਡੀ ਇੱਕ ਸਰਤ ਆ, ਮਸ਼ੀਨ ਤੁਹਾਨੂੰ ਆਪ ਲੈ ਕੇ ਜਾਣੀ ਪੈਣੀ। ਹਾਂ, ਫਿਰ ਅਸੀਂ ਸਾਡੀ ਟੀਮ ਸਾਰੀ ਗਈ ਜੀ, ਅਸੀਂ ਆਪ ਲੈ ਕੇ ਆਏ ਜੀ, ਕੋਈ ਉਹਨਾਂ ਨੂੰ ਆਉਣ ਉਰੇ ਲਿਆਉਣ ਤੇ ਉਹਨਾਂ ਦਾ ਕੋਈ ਯੋਗਦਾਨ ਨਹੀਂ, ਅਸੀਂ ਆਪ ਲੈ ਕੇ ਆਏ। ਤੇ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਬਾਈ ਜੀ ਦਾ ਆਪਾਂ ਬਾਈ ਜੀ ਨੰਬਰ ਦੇ ਦਈਏ ਤੁਹਾਡਾ ਵਿੱਚ, ਹੈ ਨਾ, ਤੇ ਨੰਬਰ ਮੈਂ ਦੇਣ ਲੱਗਿਆ ਹਰ ਕੰਬਾਈਨ ਵਾਲਾ ਭਰਾ, ਹਰ ਫੋਰਮੈਨ ਬਾਈ ਤੇ ਹਰ ਜਿਹੜਾ ਬੰਦਾ ਡਰਾਈਵਰ ਜਾਂ ਉਹ ਨਾਲ ਜਾਂਦੇ ਆ, ਆਪਦੀ ਜੇਬ 'ਚ ਨੰਬਰ ਨੋਟ ਕਰਕੇ ਬਾਈ ਦਾ ਰੱਖ ਲਿਓ, ਫੋਨ 'ਚ ਵੀ ਰੱਖ ਲਿਓ ਤੇ ਇੱਕ ਫੋਨ ਤੋਂ ਬਾਹਰ ਵੀ ਰੱਖ ਲਿਓ। ਕਿਸੇ ਤਰ੍ਹਾਂ ਦਾ ਕਈ ਵਾਰੀ ਵਿਘਨ ਪੈ ਜਾਏ ਤੇ ਬਾਈ ਐਨ ਮੌਕੇ 'ਤੇ ਜਾ ਕੇ ਵੀ ਹੈਲਪ ਕਰ ਦਿੰਦੇ ਆ, ਹੈ ਨਾ, ਰੱਬ ਨਾ ਕਰੇ ਕਿਸੇ 'ਚ ਵਿਘਨ ਪਵੇ, ਕਿਉਂਕਿ ਸਾਰੀ ਉਮਰ ਦੀ ਰੋਟੀ ਹੁੰਦੀ ਆ, ਹੈ ਨਾ ਬਾਈ। ਕੋਈ ਆਪਾਂ ਤੋਂ ਨਹੀਂ ਵੀ ਕੰਮ ਹੋਣ ਵਾਲੇ ਹੋਈ ਹੋਈ ਮਸ਼ੀਨ ਹੈਗੀ, ਉਹਨਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਵੀ ਅਸੀਂ ਚਲੇ ਜਾਂਦੇ ਆ। ਹਾਂ ਬਿਲਕੁਲ, ਹਾਂ ਤਾਂ ਵੀ ਦੇਖ ਕੇ ਆਉਣਾ, ਚਾਹੇ ਜਿੱਡੀ ਦੂਰ ਮਰਜ਼ੀ ਹੋਵੇ। ਬਿਲਕੁਲ, ਇਹ ਵੱਡੀ ਗੱਲ ਆ, ਆਪਾਂ ਨਹੀਂ ਚਾਹੁੰਦੇ ਕਿਸੇ ਵਿਘਨ ਪਵੇ, ਕਰੇ ਭਾਈ ਹਾਲਾਤ ਸਮੇਂ ਤੇ ਜ਼ੋਰ ਨਹੀਂ ਕਿਸੇ ਦਾ ਹੁੰਦਾ, ਹੈ ਨਾ, ਤਾਂ ਫਿਰ ਵੀ ਮਕੈਨਿਕ ਕੋਲ ਹੋਵੇ ਤਾਂ ਬੰਦਾ ਸੁੱਖਾਵਾਂ ਮਹਿਸੂਸ ਕਰਦਾ। ਮਤਲਬ ਜੇ ਕੋਈ ਆਪ ਹੀ ਚੱਕ ਕੇ ਤੁਸੀਂ ਲੈ ਆਉਂਦੇ ਹੋ ਤੇ ਦਰਸ਼ਕੋ, ਵੱਡੀ ਗੱਲ ਆ ਇਹ, ਨਾਭੇ ਦੇ ਵਿੱਚ ਆ, ਨਾਭਾ ਪੰਜਾਬ ਦੇ ਵਿੱਚ ਹੀ ਆ, ਮਰੇਲਕੋਟ ਲਿਓ ਆਵਾਂਗੇ ਤਾਂ ਨਾਭਾ ਵੜਨ ਤੋਂ ਪਹਿਲਾਂ ਹੀ ਰੁਕ ਜਾਣਾ ਆਪਾਂ। ਮੈਂ ਦੱਸਦਾ ਵੀ ਸਾਹਮਣੇ ਗੇਟ ਬਣਿਆ ਹੋਇਆ ਕੀ ਲਿਖਿਆ ਉੱਤੇ, ਗਲੱਦੀ ਗੇਟ ਜੀ, ਹੈ ਗਲੱਦੀ ਗੇਟ, ਗਲੱਦੀ ਗੇਟ ਉੱਤੇ ਮੇਰੇ ਖਿਆਲ 'ਚ ਜੈ ਗਊ ਮਾਤਾ ਲਿਖਿਆ,
ਤੇ ਬਾਈ ਜੀ ਬੜਾ ਚੰਗਾ ਲੱਗਿਆ ਨਾ ਇੱਕ ਕਿਉਂਕਿ ਸਮੱਸਿਆਵਾਂ ਆਮ ਕੰਬਾਈਨ ਵਾਲੇ ਵੀਰਾਂ ਨੂੰ ਆਉਂਦੀਆਂ ਵਾ। ਇੱਕ ਮੈਂ ਦੱਸਦਿਆਂ ਵੀ ਹਰੇਕ ਬ੍ਰਾਂਡ ਦੀ ਕੰਬਾਈਨ ਹੋਵੇ ਬਾਈ ਕਰ ਦਿੰਦੇ ਹੋ ਇੱਕ ਬਾਈ ਹੋ ਚੈਨਾ ਜੀ ਵਾਲੀਆਂ ਕੰਬਾਈਨ ਆਉਂਦੀਆਂ ਉਹ ਵੀ ਕਰ ਦਿੰਦੇ ਜੀ ਟਰੈਕ ਮੈਨ ਨੇ ਜੀ ਟਰੈਕ ਹਾਂਜੀ ਹਾਂ ਉਹਦਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੰਮ ਕਾਰ ਹੋਵੇ ਕੋਈ ਰਿਪੇਅਰ ਦਾ ਹੋਵੇ ਕੋਈ ਨਵਾਂ ਤਿਆਰ ਕਰਨ ਵਾਲਾ ਹੋਵੇ ਜੋ ਮਰਜ਼ੀ ਕੰਮ ਹੋਵੇ ਜੀ ਆਪਾਂ ਕਰਦੇ ਮਤਲਬ ਯਾਰ ਭਾਵੇਂ ਜਦੋਂ ਤੋਂ ਕੰਬਾਈਨ ਬਣੀ ਤੋਂ ਲੈ ਕੇ ਹੁਣ ਤੱਕ ਜੋ ਵੀ ਮਾਡਲ ਆਏ ਆ ਹਾਂਜੀ ਹਾਂਜੀ ਇੱਕ ਹੋਰ ਆ ਜੀ ਜਿਵੇਂ ਹੁਣ ਮੱਕੀ ਵਾਲਾ ਹੁਣ ਮੱਕੀ ਦਾ ਸੀਜ਼ਨ ਚੱਲ ਰਿਹਾ ਜੀ ਹਾਂਜੀ ਮੱਕੀ ਦੀ ਕਟਾਈ ਹੋਣੀ ਆ ਜ਼ੋਰ ਤੇ ਆ ਤੇ ਆਪਾਂ ਮੱਕੀ ਵਾਸਤੇ ਵੀ ਹੁਣ 7 ਲੱਖ 8 ਲੱਖ ਦਾ ਕਟਰ ਪਾ ਲਾ ਜੋ ਪ੍ਰੀਤ ਵਾਲੇ ਕਰਤਾਰ ਵਾਲੇ ਵਿਸਾਲ ਵਾਲੇ ਜਿਹੜਾ ਦਿੰਦੇ ਨੇ ਗੇਰਾ ਵਾਲਾ ਜੀ ਕਈ ਵਾਰ ਕਿਸੇ ਭਰਾ ਨੇ ਵੀ ਮੰਨ ਲਓ ਵੀ ਆਪਾਂ ਨੇ ਐਤਕੀ ਚੈੱਕ ਕੇ ਕਰਨੀ ਆ ਮਸ਼ੀਨ ਤਾਂ ਸਾਡੇ ਕੋਲ ਅਸੀਂ ਕਿੱਟ ਦਿੰਦੇ ਹਾਂ ਜੀ ਬਣਾ ਕੇ ਮੱਕੀ ਦੇ ਜੀ ਤੇ ਉਹ ਕਿੱਟ ਆ ਜਿਹੜੀ ਉਹਨਾਂ ਸਿਰਫ 40-50 ਹਜ਼ਾਰ ਦੇ ਇਰਡ ਗੇਡ ਉਹਨਾਂ ਨੂੰ ਪੈਂਦੀ ਆ ਜੀ ਠੀਕ ਹੈ ਜੀ ਉਹ ਉਹਨੇ ਨਾਲੇ ਸਰ ਜਾਂਦਾ ਉਹਨਾਂ ਦਾ ਕੰਮ ਕਿੱਥੇ 7 ਲੱਖ ਕਿੱਥੇ 50 ਹਜ਼ਾਰ ਮਤਲਬ ਜਿਹੜਾ 7 ਲੱਖ ਵਾਲਾ ਕੰਮ ਉਹ 50 ਹਜ਼ਾਰ ਚ ਕਰ ਦਿੰਦੇ ਹੋ ਹਾਂਜੀ ਹਾਂਜੀ ਕੀ ਬਣਾ ਕੇ ਦਿੰਦੇ ਹੋ ਤੁਸੀਂ ਇੱਕ ਵਾਰੀ ਦੁਬਾਰੇ ਦਾ ਸਪੈਸ਼ਲ ਫਿੰਗਰ ਲੱਗਦੀ ਹੈ ਜੀ ਅੱਛਾ ਕਟਰ ਦੇ ਅੱਗੇ ਫਿੰਗਰਾਂ ਲੱਗਦੀਆਂ ਨੇ ਜੀ ਉਹ ਸਪੈਸ਼ਲ ਤਿਆਰ ਕਰਕੇ ਦਿੰਦੇ ਹੋ ਉਸ ਮਸਲੇ ਤੇ ਵੀ ਦਰਸ਼ਕੋ ਸੰਪਰਕ ਕਰ ਸਕਦੇ ਆ ਨਾ ਤੁਹਾਨੂੰ ਤੇ ਨੰਬਰ ਆਪਾਂ ਦੇ ਦੇਣੇ ਆ ਕੋਈ ਸਰੋਂ ਵਾਲਾ ਥ੍ਰੈਸਰ ਬਾਸਕਟ ਵਗੈਰਾ ਜੋ ਮਰਜ਼ੀ ਹੋਵੇ ਜੀ ਕੋਈ ਕੰਮ ਇਹੋ ਜਿਹਾ ਨਹੀਂ ਹੈਗਾ ਜਿਹੜਾ ਆਪਣੇ ਕੋਲ ਨਹੀਂ ਤਿਆਰ ਚਾਰ ਵਾਲੇ ਪਾਸੇ ਹੋਵੇ ਕੰਬਾਈਨ ਵਾਲੇ ਹੋਵੇ ਮਤਲਬ ਹਰ ਇੱਕ ਮਸਲੇ ਤੇ ਹੱਲ ਆ ਤੁਹਾਡੇ ਕੋਲੇ ਹਾਂ ਕੰਬਾਈਨਾਂ ਖੜੀਆਂ 1-2-3 ਆ ਨਾ ਖੜੀਆਂ ਤੁਹਾਡੇ ਕੋਲੇ ਹਾਂਜੀ ਹਾਂਜੀ ਤਾਂ ਜੋ ਵਰਕਸ਼ਾਪ ਅੰਦਰ ਜਾ ਕੇ ਵੀ ਆਪਾਂ ਗੱਲਬਾਤ ਕਰਦੇ ਆ 4-5 ਮਸ਼ੀਨਾਂ ਤਾਂ ਕਰਕੇ ਵੀ ਭੇਜਦੇ ਆ ਜੀ ਆਪਾਂ ਹਾਂਜੀ ਹਾਂਜੀ ਹਾਂ ਇਹ ਜਿਵੇਂ ਆਹ ਇਹ ਕੀ ਆ ਇਹ ਮੱਕੀ ਵਾਸਤੇ ਫਿੰਗਰ ਹੈ ਜੀ ਇਹ ਇਹ ਸਪੈਸ਼ਲ ਤਿਆਰ ਹੁੰਦੀ ਹੈ ਜੀ ਦਿਖਾ ਦਿਓ ਕੈਮਰੇ ਤੇ ਇਹਦੇ ਨਾਲ ਦੀ ਕੋਈ ਵੀ ਨਹੀਂ ਤਿਆਰ ਕਰਦਾ ਅੱਛਾ ਇਹ ਕੀ ਆ ਇਹ ਕਟਰ ਦੇ ਅੱਗੇ ਲੱਗਦੀਆਂ ਨੇ ਜੀ ਮੱਕੀ ਕੱਟਣ ਵਾਸਤੇ ਅੱਛਾ ਅੱਛਾ ਇਹ ਨੂੰ ਸਪੋਰਟ ਹੈ ਜਿਹੜੀ ਇਹ ਸਿਰਫ ਆਪਾਂ ਤਿਆਰ ਕਰ ਰਹੇ ਹਾਂ ਕਿਸੇ ਨੇ ਕਰੀ ਨਹੀਂ ਹੈ ਜੀ ਅੱਛਾ ਕਾਰਡ ਥੋੜੀ ਆ ਹਾਂਜੀ ਹਾਂਜੀ ਠੀਕ ਆ ਵੀ ਗੱਲ ਇਹ ਮਤਲਬ ਜਿਹੜਾ ਕੰਮ 7-8 ਲੱਖ ਚੋਂ 50 ਹਜ਼ਾਰ ਚ 50 ਹਜ਼ਾਰ ਠੀਕ ਹੈ ਹੋਰ ਕੀ ਬਣਾਇਆ ਤੁਸੀਂ ਹੋਰ ਜੀ ਜਿਵੇਂ ਅਸਟ ਝਾਰਨੇ ਵਗੈਰਾ ਤਿਆਰ ਕਰ ਰਹੇ ਹੋ ਨੇ ਮਸ਼ੀਨ ਦੀਆਂ ਸੀਪਾਂ ਕਿਸ਼ਤੀਆਂ ਬੈੱਡ ਕਿਸ਼ਤੀਆਂ ਵਗੈਰਾ ਜੋ ਸਮਾਨ ਹੈ ਮਸ਼ੀਨ ਨੂੰ ਨਵੇਂ ਮਾਡਲ 'ਚ ਤਿਆਰ ਕਰ ਰਹੇ ਹਾਂ ਇਹ ਸਾਰਾ ਸਮਾਨ ਅੰਦਰ ਹੀ ਤਿਆਰ ਹੋ ਰਿਹਾ ਜਿਵੇਂ ਕਹਿ ਲੈਣਗੇ ਤੁਹਾਨੂੰ ਉਵੇਂ ਹੀ ਕਰ ਦੇਣਾ ਤੁਸੀਂ ਹਾਂਜੀ ਹਾਂ ਇਹ ਬੜੇ ਸਾਈਜ਼ ਦੇ ਨੇ ਜੀ ਪਹਿਲਾਂ ਹੀ ਮਸ਼ੀਨ ਦੇ ਵਿੱਚ ਪ੍ਰੀਤ ਦੇ ਵਿੱਚ ਛੋਟੇ ਸਾਈਜ਼ ਦੇ ਪਏ ਹੋਏ ਸੀ ਜੀ ਠੀਕ ਹੈ ਵੀਰੇ ਹਾਂਜੀ ਹਾਂ ਜਿਹੜਾ ਹੁਣ ਇਹ ਹੈਗੀ 2007 ਮਾਡਲ ਇਹ 'ਚ ਹੁਣ ਯਾਨੀ ਕਿ 20-22 ਵਾਲਾ ਮਾਡਲ ਹੈ ਜੋ ਸਮਾਨ ਪੈਂਦਾ ਉਹ ਸਮਾਨ ਆਪਾਂ ਨੇ ਇਹਦੇ ਵਿੱਚ ਫਿੱਟ ਕਰਨਾ ਸਾਰਾ ਪਾ ਦੇਣਾ ਹਾਂਜੀ ਹਾਂਜੀ ਮਤਲਬ ਇੱਥੇ ਤਾਂ ਹੋਰ ਸਮੱਸਿਆ ਆਉਂਦੀ ਆ ਹਾਂਜੀ ਕੰਬਾਈਨਾਂ ਦਾ ਸਮਾਨ ਜੇ ਲੈਣਾ ਹੋਵੇ ਕੋਈ ਨਾ ਸਭ ਮਿਲ ਜਾਂਦਾ ਉੱਥੋਂ ਟੋਟਲ ਸਮਾਨ ਜੀ ਜੋ ਮਰਜ਼ੀ ਕਹਿਣ ਆਰਡਰ ਤੇ ਤਿਆਰ ਕਰ ਦਿੰਦੇ ਨੇ ਆਰਡਰ ਤੇ ਸਾਰਾ ਤਿਆਰ ਕਰ ਦਿੰਦੇ ਆ ਜਾਂ ਲਿਆ ਦਿੰਦੇ ਆ ਕੁਝ ਵੀ ਗੱਲ ਅਸੀਂ ਕਰ ਦਾ ਆਪ ਮੈਨੇਜ ਕਰਦੇ ਆ ਜੀ ਆਪ ਮੈਨੇਜ ਕਰ ਦਿੰਦੇ ਕਈ ਹੁੰਦਾ ਵੀ ਨਾ ਖਾਸ ਕਿਸਮ ਕੋਈ ਪਾਰਟ ਹੀ ਨਹੀਂ ਮਿਲਦਾ ਬਾਈ ਕੋਈ ਗੱਲ ਨਹੀਂ ਜੀ ਉਹ ਵੀ ਸੰਪਰਕ ਕਰ ਸਕਦਾ ਹਾਂ ਜੋ ਮਰਜ਼ੀ ਕਰ ਸਕਦੇ ਨੇ ਤੇ ਲੈ ਵੀ ਦਰਸ਼ਕੋ ਵੱਡੀ ਗੱਲ ਆ ਇਹ ਕੰਪਨੀਆਂ ਦੀ ਦੁਨੀਆ 'ਚ ਕ੍ਰਾਂਤੀ ਕਹਿ ਸਕਦੇ ਆ ਨਾ ਚੰਗੇ ਮਕੈਨਿਕ ਹੋਣਾ ਵੀ ਇੱਕ ਕ੍ਰਾਂਤੀ ਨਾਲੋਂ ਘੱਟ ਨਹੀਂ ਹੁੰਦੇ ਹਾਂਜੀ ਹਾਂਜੀ ਤੇ ਨਾਭਾ ਗਾੜਾ ਕੰਪਨੀਆਂ ਦਾ ਤੇ ਉੱਥੇ ਗੜ ਦੇ ਵਿੱਚ ਹੀ ਇੱਕ ਵੱਡਾ ਨਾਮ ਆ ਬਾਈ ਹੁਣਾਂ ਦਾ ਤੇ ਦਲਵੀਰ ਮਕੈਨਿਕਲ ਵਾਲੇ ਵੱਜਦੇ ਆ ਇਹ ਫੋਰਮੈਨ ਨੇ ਸਾਡੇ ਇਹ ਬਾਡੀ ਲਾਈਨ ਦਾ ਕੰਮ ਸਾਰਾ ਇਹ ਕਰਦੇ ਨੇ ਆਜੋ ਆਜੋ ਕਿਉਂਕਿ ਗੱਲ ਇਹ ਵੀ ਟੀਮ ਤੇ ਹੀ ਮਸਲਾ ਸਾਰਾ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਆ ਹੋਰ ਭਰਾ ਕੀ ਹਾਲ ਆ ਇੱਧਰ ਮਿਲੀਏ ਆਪਾਂ ਹੋਰ ਫੋਰਮੈਨ ਜਗਤਾਰ ਸਿੰਘ ਜੀ ਫੋਰਮੈਨ ਸਾਹਿਬ ਨੇ ਆਜੋ ਹੋਰ ਭਰਾ ਕੀ ਹਾਲ ਆ ਠੀਕ ਠਾਕ ਗੱਲ ਇਹ ਵੀ ਟੀਮ ਨੂੰ ਮਿਲਣਾ ਵੱਡਾ ਹੁੰਦਾ ਕੋਈ ਟੀਮ ਮਿਲ ਕੇ ਇਹ ਸਾਰੇ ਬੰਦੇ ਨੇ ਤੇ ਪੁਰਾਣੀ ਹੈ ਨਾ ਬਾਈ ਜੀ ਹਾਂਜੀ ਹਾਂਜੀ ਇਹ ਸਾਡਾ ਬਾਡੀ ਲਾਈਨ ਦਾ ਕੰਮ ਜੋ ਵੀ ਹੈਗਾ ਕਮੈਨ ਦਾ ਨਵੀਂ ਬਾਡੀ ਤਿਆਰ ਕਰਨੀ ਉਹਦੇ ਪਾਰਟ ਤਿਆਰ ਕਰਨੇ ਸਾਡੇ ਫੋਰਮੈਨ ਕਰਦੇ ਉਹ ਇੱਧਰ ਬਾਈ ਜੀ ਕਰਦੇ ਹਾਂਜੀ ਹਾਂਜੀ ਠੀਕ ਆ ਤੇ ਧੰਨਵਾਦ ਕਰ ਦਈਏ ਦਰਸ਼ਕੋ ਤੁਹਾਡਾ ਵੀ ਹਾਂਜੀ ਤੁਸੀਂ ਸਾਨੂੰ ਵੇਖਦੇ ਕਰਕੇ ਕਿ ਆਪਾਂ ਰੋਜ਼ ਮਿਹਨਤਕਸ਼ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ ਬਹੁਤ ਮਿਹਨਤ ਤੇ ਹਾਰਡ ਵਰਕ ਵਾਲੇ ਬੰਦੇ ਨੇ ਵੀ ਜਿਹੜੇ ਇੱਥੋਂ ਤੱਕ ਆਇਆ ਨਹੀਂ ਤਾਂ ਗੜ ਦੇ ਵਿੱਚ ਬੈਠੇ ਆ ਤੇ ਇੱਦਾਂ ਇਚ ਉੱਠਣਾ ਬਹੁਤ ਔਖਾ ਬਾਈ ਹੈ ਨਾ ਕਿਉਂਕਿ ਵੱਡੇ ਵੱਡੇ ਬ੍ਰਾਂਡ ਆ ਵਿਚਾਰੇ ਪਾਸੇ ਜੀ ਨਾਭੇ ਦੇ ਵਿੱਚ ਕੋਈ ਰਿਪੇਅਰ ਦਾ ਕੰਮ ਨਹੀਂ ਜੀ ਕਰਦਾ ਹਾਂ ਹਰੇਕ ਨਵੀਂ ਨੂੰ ਪੈ ਗਿਆ ਅਸੀਂ ਵੀ ਨਵੀਂ ਤਿਆਰ ਕਰੀਆਂ ਨੇ ਹਾਂ ਨਵੀਆਂ ਵੀ ਕਰਦੇ ਹਾਂ ਹਾਂਜੀ ਹਾਂ ਨਵੀਂ ਕਰਾਉਣੀ ਹੋਵੇ ਅਸੀਂ ਕਰ ਵੀ ਦਿੰਨੇ ਆ ਹਾਂ ਸੁਖਵੀਰ ਦੇ ਨਾਮ ਤੇ ਆਪਣੀ ਇੱਕ ਮੈਨਾ ਬਣੀਆਂ ਹੋਈਆਂ ਨੇ ਰੀਪਰ ਬਣੇ ਹੋਏ ਨੇ ਜੀ ਠੀਕ ਆ ਰੋਟਾਵੇਟਰ ਬਣਿਆ ਹੋਇਆ ਠੀਕ ਆ ਹਾਂ ਬਣਾਇਆ ਐਗਰੀਕਲਚਰ ਦਾ ਟੋਟਲ ਸਮਾਨ ਤਿਆਰ ਕਰਦੇ ਹਾਂ ਟੋਟਲੀ ਮਤਲਬ ਸਾਰੀਆਂ ਮਰਜ਼ਾਂ ਦਾ ਹਸਪਤਾਲ ਹੀ ਮੰਨ ਲਓ ਇਹ ਹਾਂ ਮਸ਼ੀਨਰੀ ਦਾ ਹਸਪਤਾਲ ਹੀ ਕਹਿ ਲਓ ਸਾਰੀਆਂ ਠੀਕ ਹੋ ਜਾਂਦੀਆਂ ਨਵੀਂ ਲੈਣੇ ਨਵੀਂ ਵੀ ਬਣਾ ਕੇ ਦੇ ਦੇਣਗੇ ਵੱਡੀ ਗੱਲ ਮੈਂ ਕਰਲ ਕਰਦਾ ਸੀ ਵੀ ਤੁਹਾਡੇ ਚਾਰੇ ਪਾਸੇ ਬ੍ਰਾਂਡ ਆ ਜਿਨ੍ਹਾਂ ਦੇ ਨਾਂ ਚੱਲਦਾ ਵਾ ਹਾਂਜੀ ਨਾਮ ਆ ਜੀ ਤੇ ਉਹਨਾਂ ਦੇ ਵਿੱਚ ਤੁਹਾਡੀ ਇੱਕ ਆਪਦੀ ਕਲਾ ਉੱਭਰ ਕੇ ਸਾਹਮਣੇ ਆਈ ਹਾਂਜੀ ਹਾਂਜੀ ਤੇ ਬਾਈ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਮਿਹਰਬਾਨੀ ਪੁਰਾਣੀ ਤੋਂ ਨਵੀਂ ਬਣਾ ਕੇ ਭੇਜਦੇ ਆ ਆਪਾਂ ਗੱਲ ਹੋਈ ਪਹਿਲਾਂ ਵੀ ਪੁਰਾਣੀ ਤੋਂ ਨਵੀਂ ਕਰਕੇ ਤੋਰ ਦਿੰਦੇ ਆ ਤੇ ਦਰਸ਼ਕੋ ਮਿਲਦੇ ਆ ਕੋਈ ਨਵਾਂ ਵਿਸ਼ਾ ਲੈ ਕੇ ਮਿਹਰਬਾਨੀ ਧੰਨਵਾਦ ਤੇ ਲਾਜ਼ਮੀ ਸੰਪਰਕ ਕਰਿਓ ਤੇ ਨੋਟ ਨੰਬਰ ਰੱਖ ਲਿਓ ਬਾਈ ਜੀ ਹੁਣਾਂ ਦਾ